ਸ਼੍ਰੀਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਫਤਿਹ ਐਂਡ ਅਵਨੀਤ ਵਲੌਗਸ ਤੇ। ਹਾਂਜੀ ਦੋਸਤੋ, ਅੱਜ ਆਪਾਂ ਇੱਕ ਛੋਟਾ ਜਿਹਾ ਵਲੌਗ ਬਣਾਉਣ ਲੱਗੇ ਹਾਂ ਤੇ ਆਪਾਂ ਇੱਕ ਦੋ ਜਗ੍ਹਾ ਤੇ ਜਾਣਾ ਹੈ। ਪਹਿਲਾਂ ਤੇ ਆਪਾਂ ਜਾਣਾ ਹੈ ਆਪਣੇ ਘਰ, ਪਿੰਡ ਵਾਲੇ ਘਰ, ਹਾਂਜੀ। ਤੇ ਉਸ ਤੋਂ ਬਾਅਦ ਫਿਰ ਆਪਾਂ ਜਾਣਾ ਵਾ ਨਹੀਂ, ਫਿਰ ਉਸ ਤੋਂ ਬਾਅਦ ਮੈਂ ਆਪਣੀ ਮੈਡੀਸਿਨ ਲੈਣੀ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਜਾਣਾ, ਫਿਰ ਆਪਾਂ ਜਾਣਾ ਵਾਪਸ ਘਰ। ਹਾਂ ਤੇ ਨਹੀਂ, ਹੁਣ ਉਹਨਾਂ ਦਾ ਜਿਹੜਾ ਕਲੀਨਿਕ ਬਾਹਰ ਆ ਗਿਆ ਤੇ ਠੀਕ ਆ। ਆਪਾਂ ਸਾਰਿਆਂ ਨੇ ਚੱਪਲਾਂ ਹੀ ਪਾਈਆਂ ਨੇ, ਕਿਸੇ ਨੇ ਬੂਟ ਨਹੀਂ ਪਾਏ। ਉਹਦੀ ਆਪਾਂ ਤੁਹਾਨੂੰ ਜਾ ਕੇ ਪਿੰਡ ਉਤਰਾਂਗੇ, ਤੁਹਾਨੂੰ ਪਤਾ ਲੱਗ ਜਾਣਾ। ਤੇ ਸੋ ਆਪਾਂ ਹੁਣ ਨਿਕਲ ਲੱਗੇ ਆ ਤੇ ਸਿੱਧਾ ਮਿਲਦੇ ਆ ਤੁਹਾਨੂੰ ਆਪਣੇ ਪਿੰਡ। ਪਿੰਡ ਐਂਟਰ ਹੋ ਚੁੱਕੇ ਆ, ਐਂਟਰ ਕੀ ਲਗਭਗ ਪਹੁੰਚ ਹੀ ਚੱਲੇ ਆ। ਟਾਈਮ ਬਾਅਦ ਆਪਾਂ ਇੱਥੇ ਵਿਜ਼ਿਟ ਕੀਤਾ ਹੈ ਜੋ ਲੱਗਾ ਜਿਵੇਂ ਚਾਬੀਆਂ ਸ਼ਹਿਰ ਹੀ ਰਹਿ ਗਈਆਂ ਨੇ, ਪਰ ਚਾਬੀਆਂ ਆਪਾਂ ਨੂੰ ਮਿਲ ਗਈਆਂ। ਹੁਣ ਦੇਖਦੇ ਆ ਵੀ ਕਿੰਨਾ ਕੁ ਘਾਹ ਹੋਇਆ ਹੈ ਅੰਦਰ। ਆਜੋ, ਮੈਂ ਸੋਚਿਆ ਸੀ ਕਿ ਘਾਹ ਹੋਇਆ ਹੋਊਗਾ ਬਹੁਤ ਜ਼ਿਆਦਾ। ਆਹ ਚਲੋ ਆ ਜਾਂਦੀ ਹੈ, ਕੱਢਣਾ ਹੋਈ ਕੋਈ ਆਇਆ ਵਾ ਦਿਨ ਰਹਿ ਗਏ ਅੰਦਰ। ਸਾਡੀ ਕੀ ਚਲ ਗਈ ਹਾਂਜੀ ਚਾਹ ਪਨਾ। ਆਜੋ ਬੂਆ ਖੋਲੀਏ, ਚਲੋ ਕੰਸਟਰਕਸ਼ਨ ਹੋਣ ਵਾਲੀ ਹੈ, ਗਾਰਡਨ ਕਰੀਏ। ਫਤਿਹ ਆਵਾ ਖੋਲੇ ਲੈ ਕੇ ਆ ਜਾ। ਉਹ ਕੱਚੇ ਨਹੀਂ ਤੋੜੀ ਦਿੰਦੇ। ਪੁਰਾਣਾ ਬੈੱਡ ਸਾਡਾ, ਬਾਕੀ ਫੋਟੋਜ਼ ਮੰਮਾ ਦੀਆਂ, ਮੇਰੀ ਫੋਟੋ ਬਣਾਉਣੀ ਇਹਨਾਂ ਦੀ, ਦਾਦੀ ਦਾਦੂ ਦੀ ਤੇ ਪਾਪਾ ਦੀ, ਇਹ ਮੰਮਾ ਪਾਪਾ ਦੀ, ਇਹ ਦਾਦੂ ਦੀ, ਇਹ ਦੇਖੋ ਪਾਪਾ ਦੀ ਟਰੋਫੀਜ਼ ਨੇ, ਪਾਪਾ ਦੀਆਂ ਸਾਰੀਆਂ ਟਰੋਫੀਜ਼, ਤੇਰੇ ਟੋਏ ਸਾਰੇ ਜੋ ਤੁਸੀਂ, ਹਾਂ ਜੋ ਤਾਂ ਪਿੰਡ ਰਹਿੰਦੇ ਨੇ ਸੀ। ਇਹਦਾ ਡੰਡਾ ਲੱਗਾ ਹੁੰਦਾ, ਇੱਦਾਂ ਮਨੀਤ ਨੂੰ ਰੇੜਦੀ ਹੁੰਦੀ ਸੀ, ਚਿੜੀ ਹੁੰਦੀ ਸੀ, ਫਿਰ ਚੱਲਦੀ ਹੁੰਦੀ ਸੀ। ਜਾਗੋ ਦਾ ਗੜਵਾ ਨਹੀਂ ਹੁੰਦਾ ਇਹ ਵਾਲਾ, ਇਹ ਹੈਗਾ ਜਦੋਂ ਦਾਦੀ ਨੇ ਪਾਣੀ ਮਾਰਿਆ ਸੀ ਜਦੋਂ ਪਾਪਾ ਵਿਆਹ। ਗੰਡੇ ਦੇ ਨੀ, ਮੁੰਡੇ ਦੀ ਮਾਂ, ਗੰਡੇ ਦੀ ਮਾਂ, ਮੁੰਡਾ ਤੇਰਾ ਵਿਆਹ ਕੇ ਆਇਆ, ਬੰਨਾ ਤੇਰਾ ਬਾਹਰ ਖੜਾ, ਮੁੰਡਾ ਤੇਰਾ ਬਾਹਰ ਬਾਬਾ, ਮੁੰਡਾ ਤੇਰਾ ਨੀ ਬੰਨਾ ਤੇਰਾ। ਵਾਹ ਵਾਹ, ਪਤਾ ਇਧਰ ਵੇਖ, ਆ ਕਿਸ ਨੇ, ਆ ਕਿਸ ਨੇ ਸੈਂਟਰ ਚ ਲਾਈਨ ਬਣੀਆਂ ਵੇ, ਉੱਗਿਆ ਪਿਆ, ਅਰੇ ਭੱਜ ਗਿਆ। ਪਾਣੀ ਦੀ ਦਿੰਦੇ ਨੀ, ਅਮਰੂਦ ਕਿੱਥੋਂ ਦਮ ਕੇ ਸਹਾਰੇ, ਨੀ ਗੰਬ ਕੇ ਸਹਾਰੇ, ਆਂਦਾ ਮੇਰੇ ਦਮ ਕੇ ਸਹਾਰੇ ਆ ਜਾ। ਹਾਂਜੀ ਦੋਸਤੋ, ਇਹ ਆ ਜੀ ਸਾਡੇ ਪਿੰਡ ਦੀ ਲਗਭਗ ਜਿਹਨੂੰ ਆਪਾਂ ਕਹਿ ਸਕਦੇ ਸੱਤ, ਠੀਕ ਹੈ। ਪਹਿਲਾਂ ਸੱਤਾਂ ਜਿਹੜੀਆਂ ਇੱਥੇ ਵੇਖਿਆ, ਬੋਰਡ ਦਾ ਰੁੱਖ ਬਣਿਆ, ਸਿਸਟਮ ਵਧੀਆ ਬਣਿਆ ਹੁੰਦਾ ਜੀ, ਉੱਥੇ ਖੜਾ ਬਣਿਆ ਹੁੰਦਾ ਜੀ, ਸਾਰੇ ਉੱਥੇ ਬੈਠਦੇ ਹੁੰਦੇ ਜੀ। ਅੱਜ ਕੱਲ੍ਹ ਲਗਭਗ ਉਹ ਪਿੰਡਾਂ 'ਚ ਚੀਜ਼ਾਂ ਨਹੀਂ ਰਹੀਆਂ, ਪਰ ਫਿਰ ਵੀ ਚਲੋ ਸਾਡੇ ਪਿੰਡ ਵਾਲਿਆਂ ਨੇ ਥੋੜ੍ਹਾ ਉਪਰਾਲਾ ਕੀਤਾ, ਚਲੋ ਆਹ ਕੁਰਸੀਆਂ ਵਗੈਰਾ ਲੱਗੀਆਂ ਨੇ ਤੇ ਵਧੀਆ। ਇੱਕ ਗੱਲ ਤੁਹਾਨੂੰ ਦੱਸਾਂ, ਪਿੰਡ ਦਾ ਨਜ਼ਾਰਾ ਵੱਖਰਾ ਹੀ ਆ, ਠੰਡੀ ਹਵਾ ਆਉਣ ਡਈ ਆ, ਤਾਜ਼ੀ ਹਵਾ, ਠੰਡੀ ਹਵਾ, ਤੇ ਪੂਰਾ ਆਨੰਦ ਆਉਣ ਡਿਆ ਜੀ, ਕਹਿੰਦਾ ਇੱਥੇ ਬੈਠੇ ਰਹੀਏ। ਤੇ ਪਰ ਤੁਸੀਂ ਫਿਰ ਕਹੋਗੇ ਵੀ ਜੇ ਪਿੰਡ ਏਡਾ ਵਧੀਆ, ਤੁਸੀਂ ਸ਼ਹਿਰ ਕੀ ਲੈਣ ਗਏ ਜੇ, ਮਜਬੂਰੀਆਂ ਹੁੰਦੀਆਂ ਨੇ, ਜਾਣਾ ਪੈਂਦਾ ਵਾ ਪਿੰਡ ਦਾ ਛੱਪੜ। ਇਹ ਵੀ ਦੇਖੋ ਜੀ, ਹਾਂ ਕਾਫੀ ਡੂੰਗਾ ਵਾ, ਛਾਲ ਮਾਰ ਕੇ ਵੇਖ ਲਾ, ਸਵਿਮਿੰਗ ਕਰਕੇ ਵੇਖ ਲਾ, ਬਹੁਤ ਮੱਛੀਆਂ ਹੁੰਦੀਆਂ ਜਦੋਂ ਪਿੰਡ ਰਹਿੰਦੇ ਨੇ ਨਾ, ਤੇ ਇੰਨਾ ਮਤਲਬ ਡੂੰਗਾ ਨਹੀਂ ਹੁੰਦਾ, ਉੱਪਰ ਉੱਪਰ ਹੁੰਦਾ ਇਹ ਪਾਣੀ ਇਹਦਾ, ਆਹ ਤੇ ਬਾਅਦ 'ਚ ਥੋੜ੍ਹਾ ਇਹਨਾਂ ਨੇ ਕੀਤਾ ਜੇਸੀਬੀ ਦੇ ਨਾਲ। ਪਹਿਲਾਂ ਵਾਲਾ ਮਾਹੌਲ ਨਹੀਂ ਰਿਹਾ ਇੱਥੇ ਪਿੰਡ ਦੇ ਵਿੱਚ, ਕਿਉਂਕਿ ਨਵੀਂ ਜਨਰੇਸ਼ਨ ਸਾਰੀ ਜਿਹੜੀ ਉਹ ਬਾਹਰ ਚਲ ਗਈ ਆ, ਤੇ ਉਹਦੇ ਕਰਕੇ ਜਿੱਦਾਂ ਹੁਣ ਕੋਠੀਆਂ ਤਾਂ ਜ਼ਰੂਰ ਪਈਆਂ ਨੇ ਬਹੁਤ ਸੋਹਣੀਆਂ ਸੋਹਣੀਆਂ, ਪਰਮਾਤਮਾ ਨੇ ਸਾਰਿਆਂ ਨੂੰ ਕੋਠੀਆਂ ਦਿੱਤੀਆਂ ਨੇ, ਪਰ ਇਹ ਵੀ ਜਿਹੜੀ ਯੂਥ ਹੈ ਇੱਥੋਂ ਦੀ ਉਹ ਲਗਭਗ ਸਾਰੀ ਬਾਹਰ ਚਲ ਗਈ ਹੈ। ਚਲੋ ਵਧੀਆ, ਪਰਮਾਤਮਾ ਕਰੇ ਸਾਰੇ ਤਰੱਕੀਆਂ ਕਰਨ।
ਇੱਥੇ ਪਿੰਡ ਚ ਰਹੀ ਆ ਉਹਨੀ ਤੇ ਬਹੁਤ ਖੇਲੀ ਇੱਥੇ ਆ ਗਲੀਆਂ ਸੜਕਾਂ ਦੇ ਉੱਤੇ ਅਸੀਂ ਤੇ ਥੋੜਾ ਰਹੀ ਆ ਹਾਂ 3 ਕੇ ਸਾਲ ਰਹੀ ਆ 3 ਸਾਲ ਰਹੀ ਆ ਉਹਨੀ ਤੂੰ ਤੇ ਉੱਥੇ ਹੋਇਆ ਨਾ ਸ਼ਹਿਰ ਫਿਰ ਨਰਸਰੀ ਚ ਆਣਾ ਜਾਣਾ ਦੀ ਪ੍ਰੋਬਲਮ ਹੁੰਦੀ ਫਿਰ ਪਾਪਾ ਕਹਿੰਦੇ ਉੱਥੇ ਬਟਾਲੇ ਚੱਲ ਜਾਂਦੇ ਤੈਨੂੰ ਪਤਾ ਸਾਡੇ ਘਰ ਅੰਦਰ ਸੱਪ ਆ ਗਿਆ ਸੀ ਤੇ ਵਨੀਤ ਲਾਗੇ ਖੜੀ ਦਰਵਾਜ਼ੇ ਦੇ ਵਨੀਤ ਦੇ ਪੈਰਾਂ ਦੇ ਵਿੱਚ ਸੱਪ ਤੇ ਵਨੀਤ ਨੂੰ ਕੋ ਪਤਾ ਹੀ ਨਹੀਂ ਵਨੀਤ ਐ ਫੜ ਲੱਗੀ ਸੀ ਉਹਨੂੰ ਹਾਂਜੀ ਆਪਣੀ ਮੇਰੀ ਮੈਡੀਸਿਨ ਲੈਣ ਵਾਸਤੇ ਪਾਪਾ ਤੁਸੀਂ ਸੋਚਣਾ ਜਵਾਨ ਤੇ ਬਹੁਤ ਤੇਜ਼ ਚੱਲਣ ਦੀ ਆ ਤੇ ਦਵਾਈ ਕਾਹਦੀ ਲੈਣੀ ਆ ਪਰ ਹੈਗੀ ਪ੍ਰੋਬਲਮ ਤੇ ਸੋ ਮੈਡੀਸਿਨ ਲੈਣ ਜਾਣਾ ਉਸ ਤੋਂ ਬਾਅਦ ਪਰ ਜਲਦੀ ਥੋੜਾ ਨਹੀਂ ਪਰ ਚੱਲੀਏ ਫਿਰ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵੀ ਜਾਣਾ ਵਾ ਫਤਿਹ ਨਹੀਂ ਜਲਦੀ ਫਤਿਹ ਨਹੀਂ ਦਿਲ ਕਰਦਾ ਪਿੰਡ ਤੋਂ ਨਿਕਲੂ ਇੱਕ ਚੈਲੰਜ ਕਰਨਾ ਸੱਚ ਮੈਂ ਨੀਤ ਨੂੰ ਇੱਕ ਚੈਲੰਜ ਦੇਦਾ ਇੱਧਰ ਆਓ ਓਏ ਹੁਣ ਨੀਤ ਉਹ ਦੋ ਨਿੰਬੂ ਆ ਦੇ ਵਿੱਚ ਲੱਗੇ ਲਿਆ ਕੇ ਕੱਟੇ ਬਹੁਤ ਉਹ ਦੋ ਨਿੰਬੂ ਆ ਉਹ ਦੋ ਨਿੰਬੂ ਕੱਢਨੇ ਆਪਾਂ ਉਥੋਂ ਧਿਆਨ ਨਾਲ ਆਪਣਾ ਜ਼ੂਮ ਕਰੋ ਕਿੱਥੇ ਕਿਹੜੇ ਦੋ ਨਿੰਬੂ ਅੱਛਾ ਲਾਉਂਗੇ ਉਹ ਦੇਖੋ ਆ ਜਾ ਮੈਂ ਤੁਹਾਨੂੰ ਦਿਖਾਉਂਦੀ ਅਜੇ ਦਿਖੇ ਨਹੀਂ ਆ ਮੈਂ ਤੁਹਾਨੂੰ ਦਿਖਾਉਣਾ ਤੇ ਉਹ ਦੇਖੋ ਤੁਹਾਨੂੰ ਯੈਲੋ ਹੁਣ ਲੱਭ ਗਏ ਹੋਣੇ ਆ ਉਹ ਅਵਨੀਤ ਪਰਲੇ ਪਾਸੇ ਚੱਲ ਗਈ ਆ ਅਵਨੀਤ ਲਾਊਗੀ ਇਹਨਾਂ ਨੂੰ ਨਿੰਬੂਆਂ ਨੂੰ ਥੋੜਾ ਜਿਹਾ ਧੁੰਦਲਾ ਹੋ ਗਿਆ ਇੱਥੇ ਸਕਰੀਨ ਇਹ ਕੱਢ ਲਿਆ ਇੱਕ ਕੱਢ ਲਿਆ ਹਾਂ ਬਸ ਦਿਖਾਉਣੇ ਆ ਦਿਮਾਗ ਦਿਮਾਗ ਦੀ ਗੱਲ ਆ ਬੱਚਿਆਂ ਦਾ ਦਿਮਾਗ ਜ਼ਿਆਦਾ ਤੇਜ਼ ਆ ਦਿਖਾ ਇੱਧਰ ਵੈਰੀ ਗੁੱਡ ਦੇਖੋ ਜੀ ਬੱਚਿਆਂ ਦਾ ਦਿਮਾਗ ਸਾਡੇ ਤੋਂ ਜ਼ਿਆਦਾ ਐਡਵਾਂਸ ਆ ਮੈਂ ਹੁਣ ਤੁਹਾਨੂੰ ਆਪਣੀ ਦੱਸਦਾ ਵਾਂ ਆ ਫੜੀ ਕੈਮਰਾ ਪਰ ਅਵਨੀਤ ਨੇ ਆਪਣਾ ਦਿਮਾਗ ਲਾਇਆ ਤੇ ਅਵਨੀਤ ਕਹਿੰਦੀ ਕਿ ਆਪਾਂ ਵਿਆਹ ਦੇ ਵਿੱਚ ਕੀ ਕਰਨਾ ਅਵਨੀਤ ਜਿੱਥੇ ਆਪਾਂ ਦਵਾਈ ਲੈਣ ਆਏ ਆ ਨਾ ਉੱਥੇ ਇੱਕ ਪੈਲਸ ਵੀ ਆ ਨਾਲ ਉਹਨਾਂ ਦਾ ਤੇ ਪੈਲਸ ਦੇ ਅੰਦਰ ਚੱਲਣ ਡਿਆ ਵਿਆਹ ਫਤਿਹ ਕਹਿੰਦਾ ਮੈਨੂੰ ਬਹੁਤ ਭੁੱਖ ਲੱਗੀ ਆ ਤੇ ਮੈਂ ਚਲਾ ਜਾਂਦਾ ਵਿਆਹ ਵੇਖਣ ਵਾਸਤੇ ਕਿੱਦਾਂ ਫਤਿਹ ਜਾਣਾ ਵਾ ਐਂਦੀ ਤਾਰਦੀ ਫਿਰ ਤੈਨੂੰ ਚਾਹ ਜਾ ਸੱਚੀ ਕਹਿਣਾ ਤੋੜ ਕੇ ਜਾ ਖਾ ਕੇ ਆ ਭੱਜਾ ਭੱਜਾ ਆਪਾਂ ਰਸਤੇ ਚ ਰੁਕੇ ਸੀ ਅਵਨੀਤ ਕੀ ਕਰਨ ਰੁਕੇ ਸੀ ਰੀਲਸ ਬਣਾਉਣ ਵਾਸਤੇ ਰੀਲਸ ਤੇ ਸ਼ਾਰਟਸ ਬਣਾਏ ਆ ਰੀਲਸ ਵੀ ਤੁਸੀਂ ਚੈੱਕ ਕਰ ਸਕਦੇ ਇੰਸਟਾਗ੍ਰam ਆਈਡੀ ਆ ਵੀ ਮੈਂਸ਼ਨ ਕਰ ਦੇਗੀ ਅਵਨੀਤ ਹਾਂਜੀ ਪਾਪਾ ਇੰਸਟਾਗ੍ਰam ਦੀ ਆਈਡੀ ਮੈਂਸ਼ਨ ਕਰ ਦਿਓ ਬੇਟਾ ਓਕੇ ਤੁਹਾਨੂੰ ਮੈਂਸ਼ਨ ਕਰ ਦਿੱਤੀ ਹੈ ਓਕੇ ਤੇ ਹੁਣ ਆਪਾਂ ਜਾ ਰਹੇ ਆ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਸਥਾਨ ਤੱਪੂ ਰੰਗਲ ਉੱਥੇ ਟੇਕਾਂਗੇ ਮੱਥਾ ਗੁਰੂ ਮਹਾਰਾਜ ਦੇ ਕਰਾਂਗੇ ਦਰਸ਼ਨ ਤੇ ਨਾਲ ਉਸ ਤੋਂ ਬਾਅਦ ਪੀਵਾਂਗੇ ਗਰਮਾ ਗਰਮ ਚਾਹ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਡੇਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਇਸ ਤੋਂ ਇਲਾਵਾ ਇੱਕ ਗੁਰਦੁਆਰਾ ਸਾਹਿਬ ਦੂਸਰੀ ਸਾਈਡ 'ਤੇ ਵੀ ਆ ਉਹ ਤੁਹਾਨੂੰ ਇੱਥੋਂ ਨਹੀਂ ਦਿਖਣਾ ਬਟ ਇਹ ਕਿ ਇਹਦੇ ਬਿਲਕੁਲ ਆਪੋਜ਼ਿਟ ਆ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਆ ਰਾਵਣ ਵਾਲਾ ਹਾਸਾ ਸਟਾਰ
ਪਜਾਰੋ ਵਿੱਚ ਡੱਕ ਵੱਜਦਾ ਮਾਨਾ ਦਾ ਮੁੰਡਾ ਨਾ ਵੇਖ ਵੇਖ ਰੱਜਦਾ ਕੀ ਓਪਨ ਬਾਜ਼ਾਰੋ ਵਿੱਚ ਡੱਕ ਵੱਜਦਾ ਮਾਨਾ ਦਾ ਮੁੰਡਾ ਨਾ ਵੇਖ ਵੇਖ ਰੱਜਦਾ ਆ ਗੱਲ ਕਰ ਨਹੀਂ ਸਾਰੀਆਂ ਗੱਡੀਆਂ ਕੱਢਦਾ ਕੀ ਸਭ ਤੋਂ ਮੋਰੇ ਹੋਊ ਆਪਣੀ ਗੱਡੀ ਚੱਲ ਪਾਪਾ ਚੱਲ ਚੈਲੰਜ ਵੇਖ ਦੇ ਪਾਪਾ ਚੈਲੰਜ ਕਰ ਮੈਂ ਐ ਕੱਢ ਕੇ ਬੈਠੂ ਨਹੀਂ ਐ ਸਭ ਜਾਣੀਆਂ ਸਭ ਵਾਰੀ ਵਾਰੀ ਚੱਲ ਪਾਪਾ ਪਹਿਲਾਂ ਬਾਜ਼ਾਰੋ ਕੱਢੋ जरूर चेक करो बाबा जी बड़ी कृपा होंगी छेती ही मतलब कुछ वड्डा करांगे प्लीज सारे सबसक्राइब करो लाइक करो शेयर करो तो सारे वालों प्यार भरी सत श्री अकाल।